ਰੋਪੜ ਰੇਂਜ ਦੇ ਸਾਡੇ ਤਿੰਨੋਂ ਡਿਸਟ੍ਰਿਕਟਸ ਕਾਫੀ ਅੱਛਾ ਕੰਮ ਕਰ ਰਹੇ ਆ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਚ। ਉਹਦੇ ਚ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਸਾਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕ੍ਰਾਈਮ ਫਰੰਟ ਤੇ। ਅਸੀਂ ਇੱਕ ਬੜਾ ਨੋਟੋਰੀਅਸ ਕ੍ਰਿਮੀਨਲ ਜਿਹੜਾ ਹੈ ਗੁਰਿੰਦਰ ਏਲੀਅਸ ਗੁਰੀ ਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਪੋਜੈਸ਼ਨ ਦੇ ਵਿੱਚੋਂ ਤਿੰਨ ਵੈਪਨਸ ਰਿਕਵਰ ਕੀਤੇ ਨੇ, 0.30 ਕੈਲੀਬਰ ਦੇ ਦੋ ਪਿਸਟਲ ਔਰ ਇੱਕ ਪਿਸਟਲ 0.32 ਬੋਰ ਦਾ 10 ਕਾਰਟ੍ਰਿਜਸ। ਇਹ ਇਹਨਾਂ ਨੇ ਜੋ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਸਾਨੂੰ ਗੱਲ ਸਾਹਮਣੇ ਆਈ ਹੈ ਇਹ ਮੱਧਿਆ ਪ੍ਰਦੇਸ਼ ਤੋਂ ਹੀ ਲੈ ਕੇ ਆਏ ਆ ਔਰ ਇਹਨੂੰ ਕੰਟਰੋਲ ਕਰ ਰਿਹਾ ਸੀ ਇਸ ਮੋਡਿਊਲ ਨੂੰ ਇੱਕ ਯੂਰੋਪੀਅਨ ਬੇਸਡ ਹੈਂਡਲਰ ਹੈ ਉਹ ਇਹਨੂੰ ਕੰਟਰੋਲ ਕਰ ਰਿਹਾ ਸੀ। ਉਹਨਾਂ ਨੇ ਇਹਦੇ ਵਾਸਤੇ ਇਹਨੂੰ 1.5 ਲੱਖ ਰੁਪਿਆ ਵੀ ਦਿੱਤਾ ਸੀ ਵੈਪਨਸ ਲਿਆਉਣ ਵਾਸਤੇ ਔਰ ਜਿਹੜਾ ਟਾਰਗੇਟ ਹੈ ਉਹ ਇਹਨਾਂ ਨੂੰ ਦਿੱਤਾ ਸੀ ਇੱਕ ਸੈਂਸੇਸ਼ਨਲ ਮਰਡਰ ਇਹਨਾਂ ਨੇ ਕਰਨਾ ਸੀਗਾ ਪੰਜਾਬ ਦੇ ਇੱਕ ਮੁੱਖ ਸ਼ਹਿਰ ਦੇ ਵਿੱਚ ਔਰ ਜਿਹਦੇ ਨਾਲ ਕਿ ਲੋਕਾਂ ਦੇ ਵਿੱਚ ਦਹਿਸ਼ਤ ਫੈਲਦੀ ਔਰ ਸਨਸਨੀ ਫੈਲਾਉਣ ਵਾਸਤੇ ਔਰ ਮਾਹੌਲ ਖਰਾਬ ਕਰਨ ਵਾਸਤੇ ਇਹਨਾਂ ਦਾ ਮੋਟਿਵ ਸੀਗਾ। ਜਿਹੜਾ ਗੁਰਿੰਦਰ ਗੁਰੀ ਹੈ ਇਹਦੇ ਖਿਲਾਫ਼ ਪਹਿਲਾਂ ਵੀ 6 ਮੁਕੱਦਮੇ ਦਰਜ ਨੇ ਵੱਖ ਵੱਖ ਜ਼ਿਲ੍ਹਿਆਂ ਚ ਪੰਜਾਬ ਦੇ ਹੁਸ਼ਿਆਰਪੁਰ ਕਮਿਸ਼ਨਰੇਟ ਲੁਧਿਆਣਾ SOC ਪਟਿਆਲਾ ਬਰਨਾਲਾ ਔਰ ਸਾਰੇ ਹੀਨੀਅਸ ਕ੍ਰਾਈਮ ਨੇ ਪਹਿਲਾਂ ਵੀ ਬੜੀਆਂ ਰਿਕਵਰੀਆਂ ਤੋਂ ਆਰਮਸ ਦੀਆਂ ਵੀ ਹੋਈਆਂ ਔਰ ਹੋਰ ਵੀ ਐਕਸਟੋਰਸ਼ਨ ਵਗੈਰਾ ਦੇ ਹੀਨੀਅਸ ਕ੍ਰਾਈਮ ਦੇ ਵਿੱਚ ਇਹ ਅਰੈਸਟ ਹੋਇਆ। ਥੋੜੀ ਦੇਰ ਪਹਿਲਾਂ ਜੇਲ੍ਹ ਚੋਂ ਆਇਆ ਇਹਦੇ ਮਾੜੇ ਅਨਸਰਾਂ ਨਾਲ ਲਿੰਕ ਹੋ ਗਏ ਬਾਹਰ ਯੂਰਪ ਦੇ ਵਿੱਚ ਔਰ ਜੋ ਟੈਰਿਸਟ ਜਿਹੜਾ ਇਹਦਾ ਹੈਂਡਲਰ ਹੈ ਉਸ ਤੋਂ ਇਲਾਵਾ ਇੱਕ ਹੋਰ ਵੀ ਗੱਲ ਇਹਦੇ ਚ ਆਈ ਹੈ ਕਿ ਜਿਹੜਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਗਰੁੱਪ ਹੈ ਉਹਦੇ ਨਾਲ ਵੀ ਇਹਦੇ ਲਿੰਕੇਜਸ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਸਥਾਪਿਤ ਹੋਏ ਨੇ। ਅਸੀਂ ਸਾਰਾ ਇਹਦੀ ਬੜੀ ਡਿਟੇਲ ਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਕਾਰਵਾਈ ਕੀਤੀ ਜਾਏਗੀ ਔਰ ਇਹਦੇ ਨਾਲ ਜਿਹੜਾ ਦੂਸਰਾ ਸਾਥੀ ਹੈ ਗੁਰਪ੍ਰੀਤ ਏਲੀਅਸ ਜੌਨੀ ਜੋ ਕਿ ਪਟਿਆਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਔਰ ਜਿਹੜੇ ਇਹਦੇ ਹੈਂਡਲਰਸ ਵਗੈਰਾ ਸਾਰੇ ਉਹ ਟਰੇਸ ਕਰ ਰਹੇ ਹਾਂ। ਇਹਦੇ ਨਾਲ ਸਾਡੀ ਪੁਲਿਸ ਟੀਮ ਜਿਹ SSP ਮੋਹਾਲੀ DSP ਸਾਹਿਬ ਖਰੜ ਤੇ ਬਾਕੀ ਸਾਰੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਸਾਡੇ ਜਿਹੜੇ ਟੀਮ ਹੈ ਇਹਨੂੰ ਵਾਜਬ ਇਨਾਮ ਅਸੀਂ ਦੇਵਾਂਗੇ ਔਰ ਇਹਦੇ ਚ ਮੇਨ ਗੱਲ ਇਹ ਹੈ ਕਿ ਜਿਹੜੀ ਟੀਮ ਵਰਕ ਨਾਲ ਇਹ ਕੰਮ ਕੀਤਾ ਗਿਆ ਬੜੀ ਅੱਛਾ ਆਪਰੇਸ਼ਨ ਹੋਇਆ ਉਹਦੇ ਨਾਲ ਸਾਡਾ ਬਹੁਤ ਵੱਡਾ ਕ੍ਰਾਈਮ ਪ੍ਰੀਵੈਂਟ ਹੋ ਗਿਆ ਜਿੰਨਾ ਕਿ ਇੱਕ ਸੈਂਸੇਸ਼ਨਲ ਜਿਹੜੀ ਚੀਜ਼ ਹੈ ਉਹ ਪ੍ਰੀਵੈਂਟ ਹੋ ਗਈ ਔਰ ਮੈਂ ਇਸ ਸਾਰੀ ਟੀਮ ਨੂੰ ਬੇਹੱਦ ਵਧਾਈ ਦਿੰਦਾ।